ਹਾਂਜੀ ਸਵਾਗਤ ਹੈ ਤੁਹਾਡਾ ਇੱਕ ਤਰਾਂ ਇਲੈਸਾਈ ਦੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇੱਕੋ ਦਿਨ ਬੀਜੀ ਕਣਕ ਠੀਕ ਹੈ ਜੀ ਸੁਪਰਸੀਡਰ ਵਾਲੀ ਤੇ ਮਸ਼ੀਨ ਵਾਲੀ ਤੇ ਜਿਹੜੀ ਆਪਾਂ ਫੋਟੋ ਹੀ ਦੇਖ ਰਹੇ ਹਾਂ ਤੇ ਕੁਦਨ ਬੀਜੀ ਹੈ ਜਿਹੜੀ ਆਪਾਂ ਤੁਹਾਨੂੰ ਆਹ ਫੋਟੋ ਹੀ ਦਿਖਾ ਰਹੇ ਹਾਂਗੇ ਏ ਮੰਨ ਲਓ ਵੀ ਜਿਹੜੀ ਸੁਪਰਸੀਡਰ ਵਾਲੀ ਕਣਕ ਆ ਵੱਡੀ ਇਹ ਤਾਂ 8 ਨਵੰਬਰ ਨੂੰ ਬੀਜੀ ਹੈ ਜਿਹੜੀ ਮਸ਼ੀਨ ਵਾਲੀ ਕਣਕ ਆ ਪਤਲੀ ਇਹ 11 ਨਵੰਬਰ ਨੂੰ ਬੀਜੀ ਹੈ ਮਤਲਬ ਤਿੰਨ ਦਿਨਾਂ ਦਾ ਫਰਕ ਹੈ 11 ਨੂੰ ਸਵੇਰੇ ਬੀਜੀ ਹੈ ਸੁਪਰਸੀਡਰ ਵਾਲੀ ਅਠ ਨੂੰ ਸ਼ਾਮ ਨੂੰ ਵਿਜੀ ਹੈ ਜਿਹੜੀ ਤੁਸੀਂ ਪਹਿਲੀ ਫੋਟੋ ਦੇਖੀ ਸੀ ਉਹ ਸੀਗੀ ਇੱਕੋ ਦਿਨ ਵਿਜੀ ਹੋਈ ਉਹਦਾ ਥੋੜਾ ਜਿਹਾ ਫਰਕ ਹੈ ਤੇ ਪਰ ਵੀ ਸੁਪਰ ਸੀਡਰ ਵਾਲੀ ਜਿਹੜੀ ਕਣਕ ਹੈ ਬਹੁਤ ਜਿਆਦਾ ਮੋਟੀ ਆ ਦੇਖੋ ਜੜ ਦਾ ਫਰਕ ਦੇਖ ਲਓ ਇਹਨੇ ਹਜੇ ਜੜਾ ਕੱਢੀਆਂ ਨਹੀਂ ਤੇ ਉਹਦਿਆਂ ਜੜਾਂ ਕਿੱਡੀਆਂ ਕਿੱਡੀਆਂ ਹੋਗੀਆਂ ਸੁਪਰ ਸੀਡਰ ਵਾਲੀ ਦੀਆਂ ਤੇ ਕਾਫੀ ਜਿਆਦਾ ਫਰਕ ਹੈ ਜਿਵੇਂ ਕਹਿੰਦੇ ਹੁੰਦੇ ਵੀ ਕਿਸਾਨ ਆ ਜਿਹੜਾ ਖੁਦ ਵਿਗਿਆਨੀ ਆ ਤੇ ਜਿਹੜਾ ਉਹਦਾ ਖੇਤ ਹੈ ਉਹਦੀ ਲੈਬ ਹੈ ਮੰਨ ਲਓ ਲੋਬੋਟਰੀ ਹੈ ਜਿੱਥੇ ਉਹ ਖੋਜਾਂ ਕਰ ਸਕਦਾ ਤਰ ਵੀ ਆਪਾਂ ਗੌਰ ਕਰ ਗਏ ਆਪਦੀ ਤਾਂ ਬਹੁਤ ਵਧੀਆ ਆਪ ਦੇ ਤਜਰਬੇ ਕਰਕੇ ਚੰਗੀ ਗੱਲ ਆ ਆ ਦੇਖੋ ਮੰਨ ਲਓ ਵੀ ਇਹਦੇ 7 8 ਪੱਤੇ ਹੋ ਚੁੱਕੇ ਆ ਸੁਪਰ ਸੀਡਰ ਵਾਲੀ ਕਣਕ ਦੀ ਇਹ ਕਣਕ ਹੋ ਗਈ ਜੀ ਲਾ ਲਓ ਵੀ ਅੱਜ 5 ਦਸੰਬਰ ਆ 27 ਦਿਨਾਂ ਦੀ ਕਣਕ ਹੋ ਗਈ ਤੇ ਜਿਹੜੀ ਆਹ ਹੈਗੀ ਕਣਕ ਮਸ਼ੀਨ ਵਾਲੀ ਇਹ ਲਗਭਗ 24 ਦਿਨਾਂ ਦੀ ਹੋਗੀ 24 ਦੇ 27 ਮਤਲਬ ਵੀ ਤਿੰਨ ਦਿਨਾਂ ਚ ਇਹ ਇੰਨੀ ਫਰਕ ਤਾਂ ਪਾ ਨਹੀਂ ਸਕਦੀ ਜਿੱਡੀ ਕਣਕ ਉਹ ਹੋਗੀ ਕਿਉਂਕਿ ਇਹਦੇ ਸਿਰਫ ਤਿੰਨ ਪੱਤੇ ਆ ਤੇ ਉਹਦੇ 8 ਪੱਤੇ ਹੋਗੇ ਤਾਂ ਇਹ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਬਹੁਤ ਜ਼ਿਆਦਾ ਬਰੀਕ ਹੈ ਕਣਕ ਜਿਹੜੀ ਇਹ ਮਸ਼ੀਨ ਵਾਲੀ ਹੈ ਵੀ ਬਹੁਤ ਜ਼ਿਆਦਾ ਫਰਕ ਹੈ ਗਿਆ ਮਸ਼ੀਨ ਵਾਲੀ ਕਣਕ ਦਾ ਤੇ ਸੁਪਰ ਸੀਡਰ ਤੇ ਜ਼ੀਰੋ ਡ੍ਰਿਲ ਵਾਲੀ ਕਣਕ ਵੀ ਆਪਾਂ ਕੱਲ ਦੇਖੀ ਸੀ ਉਹਦਾ ਵੀ ਜਿਹੜਾ 나ੜ ਆ ਜਿਹੜਾ ਮੰਨ ਲਓ ਵੀ ਜਾੜਾ ਉਹ ਮੋਟੀ ਆ ਦੇਖੋ ਤੁਸੀਂ ਆ ਚਿੱਟੇ ਥਾਂ ਤੇ ਦੇਖ ਸਕਦੇ ਹੋ ਇੰਨਾ ਜ਼ਿਆਦਾ ਫਰਕ ਪੈ ਗਿਆ ਉਹ ਕਣਕ ਪੂਜਾ ਬਣਾਉਣ ਲੱਗੀ ਤੇ ਉਹ ਜੜ ਤੋਂ ਲੈ ਕੇ ਉੱਪਰ ਤੱਕ ਸਾਰੀ ਇੱਕਸਾਰ ਮੋਟੀ ਹੈ ਤੇ ਜਿਹੜੀ ਮਸ਼ੀਨ ਵਾਲੀ ਕਣਕ ਉਹ ਬਿਲਕੁਲ ਬਰੀਕ ਹੈ ਹਾਲੇ ਤੱਕ ਮਸ਼ੀਨ ਵਾਲੀ ਕਣਕ 24 ਦਿਨਾਂ ਦੀ ਹੈ ਸੁਪਰ ਸੀਡਰ ਵਾਲੀ ਕਣਕੇ 27 ਦਿਨਾਂ ਦੀ ਹੈ 3086 ਕਣਕ ਹੈ ਤੇ ਜਿਹੜੀ ਸੁਪਰ ਸੀਡਰ ਵਾਲੀ ਕਣਕ ਹੈ ਇਹਦੇ ਵਿੱਚ ਡੀਏਪੀ ਉਦੋਂ ਨਾ ਮਿਲਣ ਕਰਕੇ ਘੱਟ ਮਿਲਣ ਕਰਕੇ ਸਿਰਫ 30 32 ਕਿਲੋ ਕਿੱਲੇ ਦੀ ਡੀਏਪੀ ਜਿਹੜੀ ਪਈ ਹੈਗੀ ਤੇ ਇਹ ਤੁਸੀਂ ਫਰਕ ਆਪਣੇ ਸਾਹਮਣੇ ਦੇਖ ਸਕਦੇ ਹੋ ਤੇ ਸੁੰਡੀ ਵਗੈਰਾ ਸੁਪਰ ਸੀਡਰ ਵਾਲੀ ਕਣਕ 'ਚ ਵੀ ਦੇਖਣ ਤੇ ਪਤਾ ਲੱਗਿਆ ਕਿਤੇ ਨਹੀਂ ਗਈ ਹਾਲੇ ਮਿਲੀ ਖੁਸ਼ੇਰਗੀ 'ਚ ਬਹੁਤ ਸਾਰੇ ਕਿਸਾਨ ਵੀਰ ਜ਼ਰੂਰ ਕਹਿ ਰਹੇ ਵੀ ਸੁੰਡੀ ਆ ਚੁੱਕੀ ਹੈ ਸੁਪਰ ਸੀਡਰ ਤੇ ਜੀਰੋ ਡਰਿੱਲ ਇਹਦੇ ਆਪਣੇ ਹੈਪੀ ਸੀਡਰ ਵਾਲੀ ਕਣਕ ਚ ਪਰ ਜਿਆਦਾ ਮੈਨੂੰ ਕਿਤੇ ਨਹੀਂ ਮਿਲੀ ਦੇਖਣ ਨੂੰ ਸੁਪਰ ਸੀਡਰ ਕਾਫੀ ਥਾਵਾਂ ਤੇ ਦੇਖੀ ਹੈ ਸੁਪਰ ਸੀਡਰ ਵਾਲੀ ਕਣਕ ਚ ਤੇ ਪਰ ਵੀ ਜਿਹੜੀ ਕਣਕ ਦੇਖ ਕੇ ਇਹ ਜਦੋਂ ਆਪਾਂ ਚੰਗੇ ਤੋਂ ਚੰਗਾ ਬੂਟਾ ਆਪਾਂ ਸੁਪਰ ਸੀਡਰ ਵਾਲੀ ਜੋ ਪੱਟੀਆਂ ਚੰਗੀ ਤੋਂ ਚੰਗੀ ਮਸ਼ੀਨ ਵਾਲੀ ਜੋ ਪੱਟੀਆਂ ਤੇ ਬਹੁਤ ਜਿਆਦਾ ਫਰਕ ਹੈ ਤਿੰਨ ਦਿਨਾਂ ਵਿੱਚ ਕਣਕ ਐਡੀ ਨਹੀਂ ਹੋ ਸਕਦੀ ਮੰਨ ਲਓ 10 ਦਿਨ ਕਣਕ ਲਗਭਗ ਐ ਲੱਗਦਾ ਵੀ ਇਹ ਗੇਤੀ ਹੁੰਦੀ ਹੁੰਦੀ ਉਹਦੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਜਿਹੜੀ ਆ ਜਿਹੜੀ ਕਣਕ ਆਪਾਂ ਦਿਖਾਈ ਆ ਤੁਹਾਨੂੰ ਪਹਿਲੀ ਫੋਟੋ ਸੀ ਇਹ ਲਗਭਗ ਸੇਮ ਦਿਨ ਬੀਜੀਆਂ ਹੋਈਆਂ ਨੇ ਇਹ ਮਸ਼ੀਨ ਵਾਲੀ ਐ ਤੇ ਉਹ ਦੂਜੀ ਕਣਕ ਆਪਣੇ ਸੁਪਰਸੀਡਰ ਵਾਲੀ ਐ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਸ ਤਰੀਕੇ ਨਾਲ ਦੀ ਬਜਾਂ ਦਾ ਜਿਹੜੀ ਤੁਸੀਂ ਕੀਤੀ ਐ ਵੀ ਸੁਪਰਸੀਡਰ ਜ਼ੀਰੋ ਡਰਿਲ ਤੇ ਕਿਹੜੇ ਤਰੀਕੇ ਨਾਲ ਤੁਸੀਂ ਕਣਕ ਬੀਜੀ ਐ ਤੇ ਤੁਸੀਂ ਵੀ ਪੱਟ ਕੇ ਦੇਖੋ ਵੀ ਜਿਹੜੀਆਂ ਜਿਵੇਂ ਦਿਨਾਂ ਦੇ ਹਿਸਾਬ ਨਾਲ ਕਿਹੜੀ ਕਣਕ ਤੁਹਾਨੂੰ ਚੰਗੀ ਲੱਗਦੀ ਐ ਜੜ ਤੋਂ ਲੈ ਕੇ ਉੱਪਰ ਤੱਕ ਤੇ ਕਿਹੜਾ ਤੁਹਾਡਾ ਏਰੀਆ ਤੁਸੀਂ ਕਮੈਂਟ ਕਰ ਸਕਦੇ ਹੋ ਕਿੰਨੇ ਦਿਨਾਂ ਦੀ ਸੁਡੀ ਕਣਕ ਹੋਗੀ ਆਪਾਂ ਜਿਹੜੀ ਸੁਪਰ ਸੀਡਰ ਵਾਲੀ ਜਿਹੜੀ ਇਹ 30 ਦਿਨਾਂ ਦੀ ਕਣਕ ਉਸ ਤੋਂ 30 ਤੋਂ ਪਲੱਸ ਕਰਕੇ ਜਿਹੜੀ ਕੋਰ ਲਾਉਣੀ ਹੈ ਸ਼ੁਰੂ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੇਅਰ ਜ਼ਰੂਰ ਕਰੋ ਜੀ